ਸੋਸ਼ਲ ਮੀਡੀਆ 'ਤੇ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਸ ਤਸਵੀਰ ਦੇ ਵਿੱਚ ਵੇਖੋ ਕਿਸ ਤਰੀਕੇ ਦੇ ਨਾਲ ਤਿੰਨ ਬਾਈਕ ਸਵਾਰ ਚੋਰ ਸੜਕ 'ਤੇ ਚੱਲਦੇ ਟਰੱਕ 'ਤੇ ਚੜ੍ਹ ਜਾਂਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਟਰੱਕ 'ਤੇ ਸਮਾਨ ਪਿਆ ਹੁੰਦਾ ਉਹ ਚੋਰੀ ਕਰਦੇ ਨੇ ਅਤੇ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜੋ ਕਿ ਆਗਰਾ ਮੁੰਬਈ ਨੈਸ਼ਨਲ ਹਾਈਵੇ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਹਾਈਵੇ 'ਤੇ ਟਰੱਕ ਜਾ ਰਿਹਾ ਸੀ ਅਤੇ ਰਾਹ ਜਾਂਦੇ ਟਰੱਕ 'ਤੇ ਤਿੰਨ ਬਾਈਕ ਸਵਾਰ ਲੁਟੇਰੇ ਜਿਹੜੇ ਨੇ ਉਹ ਚੜ੍ਹ ਜਾਂਦੇ ਨੇ ਅਤੇ ਵੇਖੋ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੋਰੀ ਕਰਦੇ ਨੇ ਸਮਾਨ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਉੱਥੇ ਹੀ ਇਹ ਵੀਡੀਓ ਜਿਹੜਾ ਟਰੱਕ ਦੇ ਪਿੱਛੇ ਇੱਕ ਗੱਡੀ ਸੀ ਉਸਦੇ ਵਿੱਚ ਬੈਠੇ ਇੱਕ ਨੌਜਵਾਨ ਦੇ ਵੱਲੋਂ ਇਹ ਵੀਡੀਓ ਆਪਣੇ ਫੋਨ ਦੇ ਵਿੱਚ ਜਿਹੜੀ ਕੈਪਚਰ ਕਰ ਲਿੱਤੀ ਜਾਂਦੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੇ ਕਾਫੀ ਜ਼ਿਆਦਾ ਤਹਿਲਕਾ ਮਚਾਇਆ ਹੋਇਆ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਤੁਸੀਂ ਆਪ ਦੇਖੋ ਕਿ ਹੁਣ ਰਾਹ ਜਾਂਦੇ ਟਰੱਕ ਨੂੰ ਵੀ ਚੋਰ ਆਪਣਾ ਨਿਸ਼ਾਨਾ ਜਿਹੜਾ ਉਹ ਬਣਾ ਲੈਂਦੇ ਨੇ ਉਹਨਾਂ ਨੂੰ ਇਹ ਵੀ ਪਰਵਾਹ ਨਹੀਂ ਕਿ ਰਾਹ ਜਾਂਦੇ ਟਰੱਕ 'ਚੋਂ ਜੇ ਉਹ ਨੀਚੇ ਡਿੱਗ ਗਏ ਤਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਉਹਨਾਂ ਦੀ ਜਾਨ 'ਤੇ ਵੀ ਬਣ ਸਕਦੀ ਹੈ ਅਤੇ ਬਿਨਾਂ ਕਿਸੇ ਖੌਫ ਤੋਂ ਬਿਨਾਂ ਪੁਲਿਸ ਦੇ ਡਰ ਤੋਂ ਬਿਨਾਂ ਕਿਸੇ ਡਰ ਤੋਂ ਚੋਰ ਜਿਹੜੇ ਨੇ ਸ਼ਰੇਆਮ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਯਾਰ ਮੈਂ ਉੱਥੇ ਜਾ ਰਿਹਾ ਹਾਂ ਉਹ ਵੀ ਉਹ ਤਾਂ ਮੈਂ ਨਾ ਕਰ ਰਿਹਾ ਹਾਂ।